ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਬਹਿ ਸੋਚ ਕੇ ਵੇਖੋ, ਜਿਹੜੀਆਂ ਰੂਹਾਂ ਨੇ ਕੌਮ ਖਾਤਰ ਕੁਝ ਕੀਤਾ ਉਹਨਾਂ ਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ। ਜਿਨ੍ਹਾਂ ਨੇ ਸਾਡੇ ਵਰਗਿਆਂ ਨੇ ਤਾਂ ਅਸੀਂ ਵੀ ਕਹਿੰਦਾ ਵੀ ਅਸੀਂ ਭਾਈ ਸਿੱਖੀ ਖਾਤਰ ਕਰ ਰਹੇ ਹਾਂ, ਸਿੱਖੀ ਖਾਤਰ ਭੱਜ ਰਹੇ ਹਾਂ, ਕੌਮ ਖਾਤਰ। ਅਸੀਂ ਤਾਂ ਕੌਮ ਦੀਆਂ ਗੱਲਾਂ ਕਰ ਕਰਕੇ ਆਪਣੇ ਘਰਾਂ ਲਈ ਜੋੜਿਆ ਹੈ, ਚਾਹੇ ਕੋਈ ਬਾਬਾ ਹੈ, ਚਾਹੇ ਕੋਈ ਸੰਤ ਹੈ, ਚਾਹੇ ਕੋਈ ਭਾਈ ਹੈ। ਅਸੀਂ ਲੋਕਾਂ ਨੇ ਤਾਂ ਸਟੇਜ 'ਤੇ ਬਹਿ ਕੇ ਕੌਮ ਦੀਆਂ ਸਿੱਖੀ ਦੀਆਂ ਬਾਣੀ ਦੀਆਂ ਗੱਲਾਂ ਕਰ ਕਰਕੇ ਆਪਣੇ ਘਰਾਂ ਲਈ ਜੋੜਿਆ। ਅਤੇ ਭਾਈ ਜਗਤਾਰ ਸਿੰਘ ਹਵਾਰੇ ਵਰਗੇ, ਭਾਈ ਜਗਤਾਰ ਸਿੰਘ ਤਾਰੇ ਵਰਗੇ, ਉਹਨਾਂ ਨੇ ਵੀ ਸਿੱਖੀ ਦੀ ਗੱਲ ਕੀਤੀ ਹੈ, ਉਹਨਾਂ ਨੇ ਵੀ ਕੌਮ ਦਾ ਦਰਦ ਮਨ ਵਿੱਚ ਰੱਖਿਆ, ਉਹਨਾਂ ਨੇ ਆਪਣਾ ਸਾਰਾ ਕੁਝ ਰੋੜਿਆ। ਅੱਜ ਕੌਮ ਖਾਤਰ ਸਾਰਾ ਕੁਝ ਰੋੜਨ ਵਾਲੇ, ਉਹਨਾਂ ਨੂੰ ਕੋਈ ਸੰਤ ਮੰਨਣ ਨੂੰ ਤਿਆਰ ਨਹੀਂ, ਉਹਨਾਂ ਨੂੰ ਕੋਈ ਹੀਰੇ ਮੰਨਣ ਨੂੰ ਤਿਆਰ ਨਹੀਂ, ਉਹਨਾਂ ਨੂੰ ਕੋਈ ਉਹਨਾਂ ਦੀ ਰਿਸਪੈਕਟ ਕਰਨ ਨੂੰ ਤਿਆਰ ਨਹੀਂ, ਉਹਨਾਂ ਨੂੰ ਕੋਈ ਯਾਦ ਕਰਨ ਨੂੰ ਤਿਆਰ ਨਹੀਂ। ਜਿਨ੍ਹਾਂ ਨੇ ਸਿੱਖੀ ਦੀਆਂ ਗੱਲਾਂ ਕਰ ਕਰ ਸਾਰੀ ਉਮਰ ਜੋੜਿਆ, ਉਹ ਕਹਿੰਦੇ ਅਸੀਂ ਸਾਰਾ ਕੁਝ ਹੈ। ਅਤੇ ਜਿਹੜਾ ਨੇ ਸਿੱਖੀ ਦੇ ਰਸਤੇ 'ਤੇ ਤੁਰ ਕੇ ਸਾਰਾ ਕੁਝ ਹੀ ਰੋੜਿਆ ਕੌਮ ਖਾਤਰ, ਆਪਣਾ ਸੋਚ ਕੇ ਤਾਂ ਵੇਖੋ ਸੌਖੀ ਜ਼ਿੰਦਗੀ, ਸਾਰੀਆਂ ਸਹੂਲਤਾਂ ਹੀ ਹੋ ਸਕਦੀਆਂ ਸੀ। ਹੁਣ ਕਿੱਡੀ ਵੱਡੀ ਰੂਹਾਨੀਅਤ ਦੀ ਗੱਲ ਹੀ ਹੋਊਗੀ ਨਾ, ਵੀ ਜਦੋਂ ਯੋਧਾ ਸੋਚ ਕੇ ਅੰਦਰ ਗਿਆ ਵੀ ਅੱਜ ਯਾਰ ਮੈਨੂੰ ਫਾਂਸੀ ਦੇ, ਮੈਂ ਤਿਆਰੀ ਕਰਕੇ ਆਇਆ। ਉਹ ਉਮਰ ਭਰ ਦੀ ਮੌਤ ਦੀ ਸਜ਼ਾ ਸੁਣਾਉਂਦਾ, ਪਰਸੋਂ ਦੀ ਘਟਨਾ ਹੀ ਹੈ, ਬਹੁਤਾ ਟਾਈਮ ਤਾਂ ਨਹੀਂ ਹੋਇਆ। ਕਿੱਡੀਆਂ ਵੱਡੀਆਂ ਗੱਲਾਂ ਹੀ ਨਹੀਂ ਇਹ, ਕੋਈ ਮਾੜੀਆਂ ਮੋਟੀਆਂ ਗੱਲਾਂ ਨੇ ਕਿ ਸਾਡੇ ਦਿਲਾਂ 'ਚ ਹੋਰ ਰਿਸਪੈਕਟ ਉਹਨਾਂ ਦੀ। ਇਹ ਕਿਸੇ ਸਾਧ ਦੀ ਗੱਡੀ ਪੈਂਚਰ ਹੋ ਜਾਵੇ, ਨਾਲ ਦੇ ਚੇਲੇ ਰੋਈ ਜਾਣ, ਬਾਬਾ ਜੀ ਦੀ ਗੱਡੀ ਪੈਂਚਰ ਹੋ ਗਈ, ਬਾਬਾ ਜੀ ਪਤਾ ਨਹੀਂ ਕਿਵੇਂ ਪਿੰਡ ਜਾਣਗੇ, ਫਲਾਣੇ ਬਾਬ ਨੂੰ ਛਿੱਕ ਆ ਗਈ, ਪਤਾ ਨਹੀਂ ਜ਼ੁਕਾਮ ਲੱਗ ਗਿਆ ਹੋਣਾ, ਬਾਬਾ ਜੀ ਕਿਵੇਂ ਦਬਾਣ ਲਾਉਣਗੇ। ਅਤੇ ਇਹਨਾਂ ਯੋਧਿਆਂ ਬਾਰੇ ਯਾਦ ਹੈ ਸਾਨੂੰ ਕਿਤੇ ਵੀ, ਇਹ ਵੀ ਯਾਰ ਜੇਲ੍ਹਾਂ 'ਚ ਕਿਵੇਂ ਦਿਨ ਕੱਟਦੇ ਹੋਣਗੇ। ਇਹਨਾਂ ਦੀ ਕਿਹੜਾ ਵੱਟ ਦਾ ਰੌਲਾ ਸੀ ਵੀ ਜਗਤਾਰ ਸਿੰਘ ਹਵਾਰੇ ਦੀ ਜ਼ਮੀਨ ਦੱਬ ਲਈ ਸੀ ਭਾਈ, ਜਾਂ ਜਗਤਾਰ ਸਿੰਘ ਤਾਰੇ ਦੀ ਭਾਈ ਕੋਠੀ 'ਤੇ ਕਬਜ਼ਾ ਕਰ ਲਿਆ ਸੀ, ਤਾਂ ਸੀ ਕੌਮ ਖਾਤਰੀ ਸੀ। ਆਪਣੇ 'ਚੋਂ ਕਿੰਨੇ ਜਿਉਂਦੇ ਨਾ ਬੈਠੇ ਹੁੰਦੇ ਜੇ ਯੋਧੇ ਕੁਰਬਾਨੀ ਨਾ ਕਰਦੇ। ਪਰ ਕਿੰਨੀ ਕੁ ਰਿਸਪੈਕਟ ਆ ਜੀ ਸਾਡੇ ਮਨਾਂ 'ਚ, ਕਿੰਨਾ ਕੁ ਸਤਿਕਾਰ ਆ ਸਾਡੇ ਮਨਾਂ 'ਚ। ਜਿਨ੍ਹਾਂ ਨੇ ਕੌਮ ਦੀਆਂ ਗੱਲਾਂ ਕਰ ਕਰ ਸਾਰਾ ਕੁਝ ਜੋੜਿਆ ਉਹ ਬੌਸ ਬਣੇ ਬੈਠੇ ਆ, ਜਿਨ੍ਹਾਂ ਨੇ ਕੌਮ ਖਾਤਰ ਸਾਰਾ ਕੁਝ ਰੋੜਿਆ ਉਹ ਸਾਡੇ ਯਾਦ ਚੇਤੇ ਵੀ ਨਹੀਂ। ਸੋਚਣਾ ਪੈਣਾ ਨਾ ਸਾਨੂੰ।